ਉਹ ਨਹੀਂ ਮੁੜਦੇ ਉਹ ਨਹੀਂ ਪੰਜਾਬ ਵਾਲ ਮੁੜਦੇ ਉਹਨਾਂ ਨੂੰ ਨਾ ਡੀ ਕਿਉ ਵੀ ਉਹ ਆਉਣਗੇ ਕੈਨੇਡਾ ਤੋਂ ਉਹਨਾਂ ਵਿਚਾਰਿਆਂ ਕਿੱਥੋਂ ਆਉਣਾ ਉਹ ਤਾਂ ਕੈਨੇਡਾ ਨੇ ਪਸਾਲੇ ਆਇਦਰਲੇ ਸਾਡੇ ਚਿੱਟੇ ਨੇ ਮਾਰ ਲੇ ਤੇ ਜਿਹੜੇ ਮਾੜੇ ਮੋٹے ਪੜ ਕੇ ਬਾਹਰ ਡੱਪ ਗਏ ਉਹ ਕੈਨੇਡਾ ਨੇ ਮਾਰ ਲੇ ਜਿਹੜੇ ਸਾਡੇ 6 6 ਫੁੱਟੇ ਫਿਰਦੇ ਆਣਾ ਗੱਭਰੂ ਵਟਾਂ ਦੇ ਲਸ਼ ਲਸ਼ ਕਰਦੇ ਤੇ ਜਦੋਂ ਇਹਨਾਂ ਨੇ 6 ਫੁੱਟੀ ਡਾਂਗ ਨੂੰ ਲਾ ਕੇ ਸਰੋਂ ਦਾ ਤੇਲ ਤੇ ਕਿਸੇ ਚਿੱਟੇ ਵਿੱਚ ਨਾਲ ਦੇ ਫੇਰੀ ਨਾ ਜਿੱਥੇ ਜਿੱਥੇ ਡਾਂਗ ਪੈ ਗਈ ਮੈਂ ਕਹਿੰਦਾ ਉੱਥੋਂ ਤਾਂ ਖੁਸ਼ਕੀ ਚੱਕੀ ਜਾਣੀ ਆ ਉਹਨਾਂ ਕਹਿੰਦੇ ਚਿੱਟਾ ਨਹੀਂ ਬੰਦ ਹੁੰਦਾ ਓਏ ਪਤੰਦਰੋ ਚਿੱਟਾ ਦਾ 15 ਦਿਨਾਂ ਚ ਬੰਦ ਹੋ ਜਾਊਗਾ ਸਿਰਫ 15 ਦਿਨਾਂ ਚ ਚਿੱਟਾ ਬੰਦ ਹੋ ਜਾਊਗਾ ਮੈਂ ਗੱਲ ਦਾਅਵੇ ਨਾਲ ਲਿਖ ਕੇ ਕਹਿੰਦਾ ਲਿਖ ਕੇ ਦੇਊਗਾ ਮੈਂ ਇਹ ਗੱਲ ਸਰਕਾਰ ਹਰੇਕ ਅਦਾਰਾ ਪ੍ਰਾਈਵੇਟ ਕਰੀ ਜਾਂਦੀ ਐ ਵੀ ਆਹ ਟਰਾਂਸਪੋਰਟ ਚੱਕੋ ਜੀ ਪ੍ਰਾਈਵੇਟ ਆਹ ਸੀ ਬਿਜਲੀ ਪ੍ਰਾਈਵੇਟ ਕਰ ਦੇਣੀ ਐ ਜੀ ਆਹ ਫਲਾਣਾ ਅਦਾਰਾ ਪ੍ਰਾਈਵੇਟ ਕਰ ਦੇਣਾ ਜੀ ਫੇਰ ਬਈ ਸਰਕਾਰ ਆ ਚਿੱਟਾ ਰੋਕਣ ਵਾਲਾ ਕੰਮ ਵੀ ਪ੍ਰਾਈਵੇਟ ਕਰਦੇ ਯਾਰ ਸਰਕਾਰ ਸਿੱਧਾ ਕਹੇ ਵੀ ਲਓ ਪਿੰਡਾਂ ਵਾਲਿਓ ਵਿਆਹ ਕੰਮ ਕੀਤਾ ਪ੍ਰਾਈਵੇਟ ਤੇ ਸਭੋ ਜ਼ਿੰਮੇਵਾਰੀਆਂ ਤੇ ਮੈਂ ਗਰੰਟੀ ਨਾਲ ਕਹਿੰਦਾ ਇਹ ਪਿੰਡਾਂ ਵਾਲੇ ਨਾ ਪਿੰਡਾਂ ਵਾਲੇ 15 ਦਿਨਾਂ ਚ ਚਿੱਟਾ ਬੰਦ ਕਰਾ ਦੇਣਗੇ 15 ਦਿਨਾਂ ਚ ਜਿਹੜੇ ਸਾਡੇ 6 6 ਫੁੱਟੇ ਫਿਰਦੇ ਆਣਾ ਗੱਭਰੂ ਵਟਾਂ ਦੇ ਲਸ਼ ਲਸ਼ ਕਰਦੇ ਤੇ ਜਦੋਂ ਉਹਨਾਂ ਨੇ 6 ਫੁੱਟ ਦੀ ਡਾਂਗ ਨੂੰ ਲਾ ਕੇ ਸਰੋਂ ਦਾ ਤੇਲ ਤੇ ਕਿਸੇ ਚਿੱਟੇ ਵਿੱਚ ਨਾਲ ਇਹਦੇ ਫੇਰੀ ਨਾ ਜਿੱਥੇ-ਜਿੱਥੇ ਡਾਂਗ ਪੈ ਗਈ ਮੈਂ ਕਹਿੰਦਾ ਉੱਥੋਂ ਤਾਂ ਖੁਸ਼ਕੀ ਚੱਕੀ ਜਾਣੀ ਆ ਉਹਨਾਂ ਦੀ ਤੇ ਉਹਨਾਂ ਨੇ ساری ਉਮਰ ਬਈ ਚਿੱਟਾ ਵੇਚਣ ਦਾ ਨਾਂ ਨਹੀਂ ਲੈਣਾ ਬਸ ਸਰਕਾਰ ਇੱਕ ਵਾਰੀ ਕਹਿੰਦੇ ਵੀ ਲਾਓ ਪਿੰਡਾਂ ਵਾਲਿਓ ਜੇ ਚਿੱਟਾ ਬੰਦ ਕਰਾਇਆ ਜਾਂਦਾ ਤਾਂ ਕਰਾ ਦਿਓ ਓਏ ਇਹ ਉਹੀ ਪਿੰਡਾਂ ਵਾਲੇ ਨੇ ਬਈ ਜਿਹੜੇ ਹਰ ਇੱਕ ਮੁਸੀਬਤ ਦਾ ਸਾਹਮਣਾ ਇੱਕ ਠੋਕ ਕੇ ਕਰਦੇ ਨੇ ਭਾਵੇਂ ਕਰੋਨਾ ਹੋਵੇ ਭਾਵੇਂ ਹੜ੍ਹ ਆ ਜਾਣ ਇਹ ਪਿੰਡਾਂ ਵਾਲੇ ਕਦੇ ਪਿੱਛੇ ਨਹੀਂ ਹਟੇ ਉਹ ਪਤੰਦਰੋਂ ਇਹਨਾਂ ਦਾ ਦਰਿਆਵਾਂ ਦੇ ਮੂੰਹ ਮੋੜਤੇ ਆਦ ਕੀ ਦਰਿਆਵਾਂ ਦੇ ਬੰਨ ਬੰਨਦੇ ਪਿੰਡਾਂ ਵਾਲੇ ਨੇ ਦਰਿਆਵਾਂ ਦੇ ਬੰਨ ਬੰਨਤੇ ਇਹੋ ਪਿੰਡਾਂ ਵਾਲੇ ਨੇ ਜਿਨ੍ਹਾਂ ਨੇ ਜਿਹੜੇ ਦਰਿਆਵਾਂ ਦਾ ਮੂੰਹ ਮੋੜ ਦਿੰਦੇ ਨੇ ਤੇ ਚਿੱਟਾ ਬੰਦ ਕਰਾਉਣ ਦਾ ਬਾੜੀ ਛੋਟੀ ਗੱਲ ਐ ਸਾਡੇ ਪਿੰਡ ਵਾਲੇ ਪਤਾ ਵਿਚਾਰੇ ਕਿੱਥੋਂ ਮਾਰ ਖਾ ਜਾਂਦੇ ਆ ਬਸ ਇਹ ਸਰਕਾਰ ਤੋਂ ਡਰਦੇ ਆ ਵੀ ਜੇ ਕਿਸੇ ਚਿੱਟੇ ਵਾਲੇ ਦੇ ਹੱਥ ਫੇਰਤਾ ਉਹਦੀ ਟੁੱਟ ਗਈ ਲੱਤ ਬਾ ਤੇ ਪਰਚਾ ਹੋ ਜੂਗਾ ਫਰੀ ਦਾ ਸਿਆਪਾ ਆਪੇ ਜੂ ਜਾਣ ਨੂੰ ਤੇ ਜੇ ਕਿਹਦੇ ਸਰਕਾਰ ਹੀ ਕਹਦੇ ਵੀ ਆ ਨਸ਼ੇ ਰੋਕਣ ਵਾਲਾ ਕੰਮ ਕੀਤਾ ਪ੍ਰਾਈਵੇਟ ਦੇ ਦਿਓ ਜ਼ਿੰਮੇਵਾਰੀ ਪਿੰਡਾਂ ਵਾਲਿਆਂ ਨੂੰ ਨਾਲੇ ਤਾਂ ਜਿਹੜੇ 6 6 ਫੁੱਟੇ ਫਿਰ ਦੇਣੇ ਪਿੰਡ 'ਚ ਵਿਹਲੇ ਨਾਲੇ ਤੋਂ ਕੰਮੇ ਲੱਗ ਜਾਣਗੇ ਹੋਰ ਨਹੀਂ ਤਾਂ ਸਾਰਾ ਦਿਨ ਆਪਦੇ ਹੱਥ ਦਾ ਗਰਮ ਰੱਖਿਆ ਕਰਨਗੇ ਤੇ ਜਦੋਂ 6 ਫੁੱਟਿਆਂ ਨੇ ਫੇਰੇ ਨਾ ਹੱਥ 'ਤੇ ਚਿੱਟੇ ਵਾਲੇ ਦੇ ਰਿੰਗ ਪਿਸਟਨ ਸਾਰਾ ਕੁਝ ਹੀ ਉਹਦਾ ਬਦਲ ਦੇਣਗੇ ਤੇ ਸਾਰੀ ਉਮਰ ਉਹਦਾ ਉਹਨੇ ਇੰਜਨ ਨਹੀਂ ਮੁੜ ਕੇ ਮੰਗਣਾ ਜਿਹਦਾ ਇੰਜਨ ਇੱਕ ਵਾਰੀ ਪਿੰਡਾਂ ਵਾਲਿਆਂ ਤੋਂ ਹੋ ਗਿਆ ਮੁੜ ਕੇ ਉਹ ਇੰਜਨ ਨਹੀਂ ਕਦੇ ਮੰਗੂਗਾ ਫਿਰ ਚਿੱਟਾ ਵਿੱਚ ਨਾਲ ਦੂਰ ਦੀ ਗੱਲ ਆ ਫਿਰ ਉਹ ਕੂਲ ਲਿਪ ਦੀ ਪੁੜੀ ਨੂੰ ਵੀ ਫੜਨ ਲੱਗਿਆ 100 ਵਾਰੀ ਸੋਚੂਗਾ ਵੀ ਇਹ ਵੀ ਨਸ਼ਾ ਓਏ ਇਹਨੂੰ ਵੀ ਹੱਥ ਨਹੀਂ ਲਾਉਣਾ ਬਸ ਇੱਕ ਵਾਰੀ ਸਰਕਾਰ ਖੁੱਲੀ ਛੁੱਟੀ ਦੇ ਦੇ ਮਾਨਸੇ ਵਾਲੇ ਝੋਟੇ ਨੇ ਕੰਮ ਤਾਂ ਵਧੀਆ ਕਰਿਆ ਸੀਗਾ ਪਰ ਪੰਗਾ ਫੇਰ ਉਹੀ ਪੈ ਗਿਆ ਕਾਨੂੰਨੀ ਕਾਰਵਾਈ ਦਾ ਕਿਉਂਕਿ ਆਪਣੇ ਇੱਕ ਕਾਨੂੰਨ ਉਹੋ ਜੇ ਆ ਬਈ ਵੀ ਜੇ ਕੋਈ ਕਿਸੇ ਨੂੰ ਕੋਈ ਸਕੂਟਰ ਮਾਰ ਦੇਵੇ ਤੇ ਉਸੇ ਆਪਾਂ ਉਲਟਾ ਆਪ ਦੇ ਗੱਲ ਚ ਪੈ ਜਾਂਦਾ ਪਰ ਇੱਕ ਵਾਰੀ ਯਾਰ ਇੱਕ ਵਾਰੀ ਸਰਕਾਰ ਕਹਦੇ ਪਿੰਡਾਂ ਵਾਲਿਆਂ ਨੂੰ ਓਏ ਮੈਂ ਕਿਹਾ ਨਿਯਾਰੇ ਬੰਨ ਦੇਣਗੇ ਨਿਯਾਰੇ ਪਿੰਡਾਂ ਵਾਲੇ ਜਦੋਂ ਸਰੋਂ ਦਾ ਤੇਲ ਲਾਇਆ ਡਾਂਗ ਨੂੰ ਡਾਂਗ ਮਾਰਦੀ ਉਹ ਲਸ਼ਕਾਰੇ ਅੱਗੋਂ ਆਉਂਦਾ ਹੋਵੇ ਕੋਈ ਚਿੱਟਾ ਵੇਚਣ ਵਾਲਾ ਤੇ ਇਧਰੋਂ ਖੜੇ ਹਣ ਤਿੰਨ ਚਾਰ ਪਿੰਡਾਂ ਸਾਡੇ ਦੇ ਮੁੰਡੇ ਤਾਰੇ ਮਨਾਲੇ ਜਿੱਥੇ ਜਿੱਥੇ ਡਾਂਗ ਬੈੰਦੀ ਗਈ ਨਾ ਓਏ ਉੱਥੇ ਉੱਥੇ ਸਾਰੀ ਉਮਰ ਖੁਸ਼ਕੀ ਨਹੀਂ ਆਉਂਦੀ ਮੁੜ ਕੇ ਤੇ ਮੈਂ ਕਹਣਾ ਮੁੜ ਕੇ ਉਹਦਾ ਸਿਆਲ ਚ ਚਿੱਤੇ ਕਰਿਆ ਕਰੂਗਾ ਵੀ ਫਲਾਣੇ ਪਿੰਡ ਚ ਓਏ ਮੇਰਾ ਪਿੱਛਾ ਘਟੀਚਾ ਸੀਗਾ ਸਿਆਲ ਚ ਰੜਕਾਂ ਵੱਜਿਆ ਕਰਨੀਆਂ ਬੁੱਢੇ ਹੁੰਦਿਆਂ ਤੱਕ ਮਰਦਿਆਂ ਤੱਕ ਵੀ ਰੜਕਾਂ ਵੱਜਣਗੀਆਂ ਨਾਲੇ ਸਾਡੇ ਪਿੰਡ ਵਾਲੇ ਮੁੰਡੇ ਆਰੇ ਲੱਗ ਜਾਣਗੇ ਹੁਣ ਪਿੰਡ ਵਾਲਿਆਂ ਵਿਚਾਰੇ ਨੇ ਕਮੇਟੀਆਂ ਦਾ ਬਥੇਰੀਆਂ ਬਣਾ ਲੀਆਂ ਭਈ ਉਹ ਕੀ ਕਰਨ ਜਿਨ੍ਹਾਂ ਨੇ ਨਸ਼ਾ ਲਾਉਣਾ ਹੈ ਉਹ ਪਤੰਦਰ ਪਿੰਡੋਂ ਨਿਕਲਦੇ ਆ ਮੋਟਰਸਾਈਕਲਾਂ ਤੇ ਨਸ਼ਾ ਪੱਤਾ ਕਰਕੇ ਫੇਰ ਸ਼ਾਮ ਨੂੰ ਪਿੰਡ ਆ ਵੜਦੇ ਆ ਨਸ਼ਾ ਦਾ ਭਾਈ ਡਾਂਗ ਨਾਲ ਹੀ ਰੁਗੂਗਾ ਡਾਂਗ ਨਾਲ ਹੀ ਆਇਦਰਲੇ ਸਾਡੇ ਚਟੇ ਨੇ ਮਾਰ ਲੇ ਤੇ ਜਿਹੜੇ ਮਾੜੇ ਮੋٹے ਪੜ ਕੇ ਬਾਹਰ ਡੱਪ ਗਏ ਉਹ ਕਨੇਡਾ ਵਾਲੇ ਮਾਰ ਲੇ ਉਹ ਜਾਂਦਿਆਂ ਸਾਰੇ ਕੋ ਸਿੰਨ ਨੰਬਰ ਜਬ ਨਹੀਂ ਸਿੰਨ ਕਾਰਡ ਜਾ ਕਿਹੜਾ ਹੁੰਦਾ ਭਾਈ ਉਹਦੇ ਤੇ ਚੱਕੋ ਘਰ ਲੈਣਾ ਘਰ ਲੈ ਲੋ ਗੱਡੀਆਂ ਲੈਣੀਆਂ ਨੇ ਗੱਡੀਆਂ ਲੈ ਲੋ ਮੋਬਾਈਲ ਲੈਣੇ ਨੇ ਮੋਬਾਈਲ ਲੈ ਲੋ ਚਾਰ ਕਿ ਦਿਨ ਦਾ ਬੜੀਆਂ ਫੋਟਵਾਂ ਪਾਉਂਦੇ ਉਹ ਵੀ ਫੇਸਬੁੱਕ ਤੇ ਮੇ ਮਾਈ ਨਿਊ ਟੁਆਏ ਮਾਈ ਨਿਊ ਮੋਬਾਈਲ ਮਾਈ ਨਿਊ ਹੋਮ ਪਰ ਪਤਾ ਉਦੋਂ ਲੱਗਦਾ ਜਦੋਂ ਕਿਸ਼ਤਾਂ ਭਰਨੀਆਂ ਪੈਂਦੀਆਂ ਨੇ ਦਿਨੇ ਵੀ ਕੰਮ ਨਾ ਇਹ ਪਤਾ ਲੱਗਾ ਦਿਨ ਕਦੋਂ ਚੜ ਗਿਆ ਨਾ ਇਹ ਪਤਾ ਲੱਗਾ ਵੀ ਰਾਤ ਕਦੋਂ ਪੈ ਗਈ ਬਸ ਡੜਾ ਮਦੜ ਆ ਗਿਆ ਬੈੱਡ ਤੇ ਡਿੱਗ ਪੈਂਦੇ ਨੇ ਉਹਦੇ ਪਤਾ ਲੱਗ ਜਾ ਲਾਰਮ ਸਿਰ ਟੋਣ ਉਹਨਾਂ ਨੂੰ ਕਰਦਾ ਉਦੋਂ ਭੱਜ ਕੇ ਉੱਠਦੇ ਆ ਚਲੋ ਕੰਮ ਨੂੰ ਚਲੋ ਕੰਮ ਨੂੰ ਉਹ ਵੀ ਮਸ਼ੀਨਾਂ ਬਣੇ ਫਿਰਦੇ ਆ ਉਹ ਨਹੀਂ ਮੁੜਦੇ ਉਹ ਨਹੀਂ ਪੰਜਾਬ ਵੱਲ ਮੁੜਦੇ ਉਹਨਾਂ ਨੂੰ ਨਾ ਢੀਕਿਓ ਵੀ ਉਹ ਆਉਣਗੇ ਕੈਨੇਡਾ ਤੋਂ ਉਹਨਾਂ ਵਿਚਾਰਿਆਂ ਕਿੱਥੋਂ ਆਣਾ ਉਹ ਤਾਂ ਕੈਨੇਡਾ ਨੇ ਪਸਾਲੇ ਉਹ ਕੈਨੇਡਾ ਨੇ ਪਤਾ ਕਿਵੇਂ ਪਸਾਏ ਆ ਆ ਲੋ ਘਰ ਆ ਲੋ ਕਾਰਾਂ ਆ ਲੋ ਮੋਬਾਈਲ ਘਰ ਦੀ ਕਿਸ਼ਤ 25 ਸਾਲ ਭਰੀ ਚੱਲੋ ਨਾ ਪੈਂਛੇ ਦੀ 25 ਸਾਲ ਆਉਣਾ ਨਾ ਛੇ ਦੀ ਘਰ ਫਾਰਕ ਹੋਵੇ ਨਾ ਬੰਦਾ ਪੰਜਾਬ ਆਵੇ ਉਹ ਤਾਂ ਬੰਦੇ ਨੂੰ ਐ ਪੂਰਾ ਜਾਲ ਚ ਪਾ ਲੈਂਦੇ ਨੇ ਨਿਕਲਿਆ ਮੁੜ ਕੇ ਦੱਬ ਲੋ ਜਿਹੜਾ ਦੱਬਿਆ ਜਾਂਦਾ ਮੁੜ ਕੇ ਜਦੋਂ ਪੰਜਾਬ ਉਹਨਾਂ 10 ਸਾਲਾਂ ਬਾਅਦ ਫੇਰ ਐ ਕਹਿੰਦੇ ਯਾਰ ਗੋਡੇ ਬੜੇ ਪੀਟ ਕਰਦੇ ਆ ਬਾਈ ਗੋਡੇ ਕੰਮ ਛੱਡ ਗਏ ਗੋਡਿਆਂ 'ਚ ਗਰੀਸਾਂ ਮਕਾ ਦਿੰਦੇ ਆ ਗਰੀਸਾਂ ਕੰਮ ਕਰਾ ਕਰਾ ਕੇ ਅਗਲੇ ਉੱਥੇ ਉੱਥੇ ਡਾਲਰ ਰੁੱਖਾ ਰੁਣੀ ਲੱਗਦੇ ਤੇ ਇਧਰ ਵਾਲੇ ਸਾਡੇ ਚੋਪੜ ਤੇ ਆਪ ਰਹਿਗੇ ਫਰੂਗੇ ਤੇ ਸਿਗਨੇਚਰ ਖਾਂਦੇ ਫਿਰਦੇ ਆ ਮੈਂ ਇੱਕੋ ਗੱਲ ਕਹਿਣਾ ਸਰਕਾਰ ਨੂੰ ਵੀ ਜਾਂ ਤਾਂ ਸਾਨੂੰ ਪਿੰਡਾਂ ਵਾਲਿਆਂ ਨੂੰ ਛੁੱਟੀ ਦੇ ਦਿਓ ਵੀ ਚਿੱਟਾ ਬੰਦ ਕਰਾ ਜਾਂਦਾ ਕਰਾ ਲਓ ਤੇ ਨਹੀਂ ਤੇ ਫਿਰ ਸਾਰਿਆਂ ਨੂੰ ਕਿਹਾ ਵੀ ਡੋਡੇ ਆ ਦੇ ਬੀਜ ਲੋ ਦੋ ਦੋ ਕਨਾਲਾਂ ਤੇ ਜਿਹੜੇ ਚਿੱਟਾ-ਚੁੱਟਾ ਲਾਉਂਦੇ ਆ ਏ ਆਪ ਦਾ ਦੋ ਦੋ ਤਿੰਨ ਤਿੰਨ ਕਾਰਡ ਸਵੇਰੇ ਮਾਰਿਆ ਕਰਨਗੇ ਆ ਉੱਠਿਆ ਕਰਨਗੇ 98 11 ਦਾ ਨਾ ਫੁਕਾਰੇ ਮਾਰਦੇ ਨਾਲੇ ਕਰਿਆ ਕਰਨਗੇ ਖੇਤ ਸਾਰਾ ਦਿਨ ਕੰਮ ਨਾਲੇ ਘਰ ਦੇ ਖੋਸ਼ ਨਾਲੇ ਘਰ ਦੀ ਖੁਸ਼ ਤੇ ਵਿਚਾਰੀਆਂ ਜਿਹੜੀਆਂ ਮਾਵਾਂ ਐਵੇਂ ਹੁਣ ਸੈਂਸੇ ਚ ਮਰੀ ਜਾਂਦੀ ਗਮ ਕਰ ਕਰ ਪੁੱਤਰਾਂ ਦਾ ਮਰੀ ਜਾਂਦੀ ਨੂੰ ਚਿੱਟਾ ਲਾ ਲਈ ਸਾਡਾ ਮੁੰਡਾ ਮਰ ਗਿਆ ਨਾ ਕਿਸੇ ਮਾਂ ਦਾ ਕੋਈ ਪੁੱਤ ਮਰੂਗਾ ਬਾਈ ਜਦੋਂ ਲਾ ਕੇ ਦੋ ਕਾਰਡ ਸਵੇਰੇ ਪੀ ਕੇ ਨੈਣ ਦੀ ਅੱਖ ਵਰਗੀ ਚਾਹ ਜਦੋਂ ਆਏ ਨਾ ਕਿ ਖਾਲਾ ਖੁਲਾ ਬਣਾਉਣਾ ਆਹ ਚਮਕਾ ਦਿਆ ਕਰਨਗੇ ਮਾਰਿਆ ਗਰੂ ਖਾਲਾ ਲਸਕਾਰੇ ਦੂਰੋਂ ਹੀ ਤੇ ਪੱਠਿਆਂ ਦਾ ਗੱਡਾ ਦਾ 2 ਮਿੰਟਾਂ ਚ ਵੱਢ ਕੇ ਲੈ ਜਾ ਕਰਨਗੇ ਘਰੇ ਆਹ ਸ਼ੂਕਦੇ ਆਇਆ ਕਰਨਗੇ ਰੇਲ ਗੱਡੀ ਵਾਂਗੂ ਅੱਜ ਆਜ ਬਣੇ ਫਿਰਨਗੇ ਓਡੇ ਨਾ ਫੀਮ ਪੋਸਟ ਨਾਲ ਕੋਈ ਮਰਿਆ ਦੇਖਿਆ ਤੇ ਨਾ ਕੋਈ ਮਰੇ ਕੰਮ ਨੂੰ ਓਡੋ ਢਬ ਕੇ ਪੈਣਗੇ ਹੁਣ ਆ ਚਿੱਟਾ ਲਾ ਲਾ ਕੇ ਕੋਈ ਨਹਿਰ ਤੇ ਮਰਿਆ ਪਿਆ ਕੋਈ ਕਿਸੇ ਦੇ ਮੋਟਰ ਤੇ ਮਰਿਆ ਪਿਆ ਕੋਈ ਵੱਡਾ ਦੇ ਮੁੱਢੇ ਮੂੰਹ ਪਿਆ ਸੂਈ ਵੀ ਨਹੀਂ ਬਾਹਰ ਨਿਕਲਦੀ ਜਾਂ ਦਾ ਸਰਕਾਰ ਡੋਡਿਆਂ ਦੀ ਜਾਂਚ ਤੇ ਦੇ ਦੇ ਵੀ ਲਓ ਵੀ ਦੋ ਦੋ ਕਨਾਲਾ ਆਪਦੇ ਬੀਜ ਲੋ ਤੇ ਐਸ਼ ਕਰੋ ਤੇ ਜਾਂ ਫਿਰ ਆ ਪਿੰਡਾਂ ਵਾਲਿਆਂ ਨੂੰ ਖੁੱਲੀ ਛੁੱਟੀ ਦੇ ਦੇ ਵੀ ਜੇ ਚਿੱਟਾ ਬੰਦ ਕਰਾਉਂਦਾ ਕਰਾ ਲਓ ਮੈਂ ਕਹਿੰਦਾ 15 ਦਿਨਾਂ ਜੇ ਪਿੰਡਾਂ ਵਾਲੇ ਚਿੱਟਾ ਬੰਦ ਕਰ ਦੇਣਗੇ ਬਸ ਇੱਕ ਵਾਰੀ ਸਾਨੂੰ ਖੁੱਲੀ ਛੁੱਟੀ ਦੇ ਦਿਓ ਤਾਂ ਵੀ ਡਾਂਗ ਫੇਰ ਲਓ ਜੇ ਨਹੀਂ ਫੇਰੀ ਜਾਂਦੀ ਐ ਤੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਮੇਰਾ ਭਰਾ